ਸਾਡੇ ਦੇਸ਼ ਵਿੱਚ ਆਮ ਭਾਰਤੀ ਦਾ ਬੜਾ ਮੁਸ਼ਕਲ ਹੋਇਆ ਪਿਆ ਹੈ ਜੀਵਨ ਬਸਰ ਕਰਨਾ। 2023 ਦੇ ਵਿੱਚ ਜਿਹੜੀ ਘਰੇਲੂ ਜਮ੍ਹਾਂ ਪੂੰਜੀ ਹੈ ਆਮ ਭਾਰਤੀ ਦੀ, ਉਹ ਘਟ ਕੇ 103% ਰਹਿ ਗਈ ਹੈ GDP ਦੀ, ਜਿਹੜੀ ਕਿਸੇ ਵੇਲੇ 115% ਤੋਂ ਵੱਧ ਸੀ। ਮਤਲਬ ਇਹ ਹੈ ਕਿ ਉਹਨੇ ਬਹੁਤ ਬਚਤ ਸੰਭਾਲ ਕੇ ਆਪਣੇ ਕੋਲ ਰੱਖੀ ਹੋਈ ਸੀ। ਇਹਦੇ ਉਲਟ ਜਿਹੜੀਆਂ ਘਰੇਲੂ ਦੇਣਦਾਰੀਆਂ ਨੇ, ਘਰੇਲੂ ਖਰਚੇ ਚਲਾਉਣ ਲਈ ਜਿਹੜੀ ਪ੍ਰਤੀਸ਼ਤਤਾ ਹੈ ਉਹ 37% ਹੋ ਗਈ ਹੈ, ਜਿਹੜੀ ਕਿਸੇ ਵੇਲੇ 33% ਦੇ ਕੋਲ ਸੀ 3 ਸਾਲ ਪਹਿਲੇ। ਇਹਦਾ ਮਤਲਬ ਇਹ ਹੈ ਕਿ ਆਮਦਨੀ ਘੱਟ ਰਹੀ ਹੈ, ਖਰਚੇ ਉੱਥੇ ਦੇ ਉੱਥੇ ਹੀ ਨੇ, ਵਧਿਆ ਕੋਈ ਨਹੀਂ, ਲੇਕਿਨ ਦੂਜੇ ਪਾਸੇ ਦੇਣਦਾਰੀਆਂ ਵੀ ਵੱਧਦੀਆਂ ਜਾ ਰਹੀਆਂ ਨੇ। ਦੇਸ਼ ਵਿੱਚ ਘਰੇਲੂ ਬੱਚਤਾਂ ਜੋ ਪੈਸੇ ਕੱਢ ਕੇ ਲੋਕ ਠਾਗਾ ਵਾਗਾ ਪ੍ਰੋਗਰਾਮ ਕਰਕੇ ਆਪਣਾ ਕੁਛ ਨਾ ਕੁਛ ਫਾਈਨੈਂਸ ਮਾਰਕੀਟ ਵਿੱਚੋਂ ਪੈਸਾ ਕਮਾਉਣ ਲਈ, ਕੁਝ ਨੌਜਵਾਨ ਅੱਗੇ ਆਏ, ਕੁਛ ਆਮ ਪਰਿਵਾਰ ਅੱਗੇ ਆਏ। ਸੈਬੀ ਦੀ ਜਿਹੜੀ ਤਾਜ਼ਾ ਰਿਪੋਰਟ ਆਈ ਹੈ ਉਹ ਇਹ ਕਹਿ ਰਹੀ ਹੈ ਕਿ ਆਮ ਇੱਕ ਇਨਵੈਸਟਰ ਨੇ, ਜਿਹੜਾ ਭਾਰਤੀ ਨਿਵੇਸ਼ਕਾਰ ਹੈ ਇੰਡੀਵਿਜੁਅਲ ਹੈ, ਉਹਨੇ ਲਗਭਗ 1,10,000 ਰੁਪਇਆ ਇਸ ਸਾਲ ਦੇ ਵਿੱਚ ਨੁਕਸਾਨ ਖਾਧਾ, ਤੇ ਜਿਹੜਾ ਇੰਸਟੀਟਿਊਸ਼ਨਲ ਇਨਵੈਸਟਰ ਹੈ ਉਹਨੇ ਲਗਭਗ 1,25,000 ਦੇ ਕੋਲ ਨੁਕਸਾਨ ਖਾਧਾ। ਇਹ ਕਿਸ ਤਰਫ਼ ਇਸ਼ਾਰਾ ਹੋ ਰਿਹਾ, ਇਹ ਕਿਸ ਤਰ੍ਹਾਂ ਸਾਡੇ ਦੇਸ਼ ਦੀ ਇਕੋਨਮੀ ਚੱਲ ਰਹੀ ਹੈ, ਇਹਨੂੰ ਨੀਤੀ ਘਾੜੇ ਤੇ ਸਿਆਸੀ ਸੂਝਬੂਝ ਦੇ ਨਾਲ ਬੜੇ ਚੰਗੇ ਢੰਗ ਨਾਲ ਡੀਲ ਕਰਨ ਦੀ ਲੋੜ ਹੈ। ਜਿਹੜੀ ਜ਼ਮੀਨੀ ਹਕੀਕੀ ਸੱਚਾਈ ਹੈ, ਸਾਡੇ ਲੋਕ ਨੁਮਾਇੰਦੇ ਨੇ, ਉਹ ਆਪਣੇ ਜ਼ਿੰਮੇਵਾਰੀ ਪੂਰੀ ਕਰਨ ਦੇ ਵਿੱਚ ਫੇਲ ਸਾਬਤ ਹੁੰਦੇ ਲੱਗ ਰਹੇ।